ਨੇੜਲੇ ਪਿੰਡ ਮੌੜ ਵਿਖੇ ਬਿਜਲੀ ਦੀਆਂ 11 ਕੇਵੀ ਤਾਰਾਂ ਤੋਂ ਕਰੰਟ ਲੱਗਣ ਦੇ ਨਾਲ 4 ਵਿਅਕਤੀ ਝੁਲਸ ਗਏ, ਜਿਨ੍ਹਾਂ ਦੇ ਵਿੱਚੋਂ 2 ਦੀ ਮੌਤ ਹੋ ਗਈ ਹੈ। ਦਰਅਸਲ ਇਹ ਵਿਅਕਤੀ ਪਿੰਡ ਮੌੜ ਵਿਖੇ ਬਾਥਰੂਮ ਦੀ ਛੱਤ ਤੇ ਪਾਣੀ ਵਾਲੀ ਟੈਂਕੀ ਰੱਖਣ ਦੇ ਲਈ ਫਰੇਮ ਰੱਖ ਰਹੇ ਸਨ। ਇਸੇ ਦੌਰਾਨ ਉਹ ਘਰ ਦੇ ਉੱਪਰੋਂ ਲੰਘਦੀ ਹਾਈ ਵੋਲਟੇਜ 11 ਕੇਵੀ ਤਾਰਾਂ ਦੇ ਨਾਲ ਛੂ ਗਈ, ਜਿਸ ਕਾਰਨ ਉਹ ਚਾਰੋਂ ਵਿਅਕਤੀ ਬੁਰੀ ਤਰ੍ਹਾਂ ਦੇ ਨਾਲ ਝੁਲਸ ਗਏ। ਕਰੰਟ ਦੇ ਨਾਲ ਝੁਲਸੇ ਇਹਨਾਂ ਸਾਰੇ ਵਿਅਕਤੀਆਂ ਨੂੰ ਤੁਰੰਤ ਕੋਟਕਪੂਰਾ ਦੇ ਸਿਵਲ ਹਸਪਤਾਲ ਵਿਖੇ ਲਿਜਾਇਆ ਗਿਆ, ਪਰੰਤੂ ਇਸ ਦੌਰਾਨ 2 ਵਿਅਕਤੀਆਂ ਦੀ ਮੌਤ ਹੋ ਗਈ ਸੀ ਅਤੇ 2 ਵਿਅਕਤੀ ਗੰਭੀਰ ਜ਼ਖਮੀ ਸਨ, ਜਿਨ੍ਹਾਂ ਨੂੰ ਫਰੀਦਕੋਟ ਦੇ ਗੁਰੂ ਗੋਬਿੰਦ ਸਿੰਘ ਮੈਡੀਕਲ ਹਸਪਤਾਲ ਦੇ ਵਿੱਚ ਰੈਫਰ ਕਰ ਦਿੱਤਾ ਗਿਆ। ਇਸ ਦੌਰਾਨ ਮ੍ਰਿਤਕਾਂ ਦੇ ਵਾਰਸਾਂ ਨੇ DSP ਕੋਟਕਪੂਰਾ ਅਤੇ SHO ਥਾਣਾ ਸਦਰ ਕੋਟਕਪੂਰਾ ਤੋਂ ਮੰਗ ਕੀਤੀ ਹੈ ਕਿ ਬਿਜਲੀ ਵਿਭਾਗ ਦੇ ਖਿਲਾਫ ਬਣਦੀ ਕਾਰਵਾਈ ਕੀਤੀ ਜਾਵੇ। ਉਹਨਾਂ ਚੇਤਾਵਨੀ ਦਿੱਤੀ ਹੈ ਕਿ ਜੇਕਰ ਉਹਨਾਂ ਨੂੰ ਇਨਸਾਫ ਨਾ ਮਿਲਿਆ ਤਾਂ ਉਹ ਸੰਘਰਸ਼ ਤੋਂ ਪਿੱਛੇ ਨਹੀਂ ਹਟਣਗੇ। ਮੇਰਾ ਬੇਟਾ ਜੀ ਪਲੰਬਰ ਸੀਗਾ। ਹਾਂਜੀ, ਕੀ ਨਾਂ ਜੀ ਉਹਦਾ? ਕੁਲਵਿੰਦਰ ਸਿੰਘ। ਹਾਂਜੀ, ਉਹਨੇ ਬਸ ਜਿਹੜੇ ਮੁੰਡੇ ਹੋਰ ਹੈ 2-3 ਉਹ ਸੱਦ ਲਿਆਉਣੇ ਕੰਮ ਕਰਵਾਉਣ ਵਾਸਤੇ, ਅਤੇ ਬਾਕੀ ਲੇਬਰ ਲੇਬਰ ਸੀਗੀ, ਇਹ ਵੀ ਲੇਬਰ ਦਾ ਕੰਮ ਹੀ ਕਰਦੇ ਸੀ। ਅਤੇ ਘਰ ਵਾਲੇ ਹਾਈ ਵੋਲਟੇਜ ਤਾਰਾਂ ਪਹਿਲਾਂ ਸੀ ਇਹਨਾਂ ਦੀਆਂ, ਘਰ ਵਾਲਿਆਂ ਨੇ ਥੱਲੇ ਮਕਾਨ ਬਣਾਇਆ, ਮਕਾਨ ਬਣਾ ਕੇ ਲੈਟਰਿੰਗ ਬਾਥਰੂਮ ਜੋ ਵੀ ਬਣਾਇਆ, ਤਾਰਾਂ ਦਾ ਫਾਸਲਾ ਹੋਊਗਾ ਉਹਨੇ ਮਕਾਨ ਤੋਂ ਉੱਚਾ 4 ਫੁੱਟ ਹੋਊਗਾ, ਅਤੇ ਬੰਦੇ ਦੀ ਹਾਈਟ ਹੁੰਦੀ 5.5 ਫੁੱਟ 6 ਫੁੱਟ ਹੁੰਦੀ ਹੈ। ਅਤੇ ਇਹਦੇ ਦੋਸ਼ੀ ਹੈਗੇ ਘਰ ਵਾਲੇ ਅਤੇ ਮਹਿਕਮਾ ਕੁਛ, ਇਹਨਾਂ ਦੇ ਬਣਦੀ ਕਾਰਵਾਈ ਹੋਣੀ ਚਾਹੀਦੀ। ਘਰ ਵਾਲੇ ਕੌਣ ਨੇ ਜੀ? ਘਰ ਵਾਲੇ ਗਾਂਧੀ ਸਿੰਘ ਔਰ ਗੁਰਮੇਲ ਸਿੰਘ ਜਾਂ ਪੱਕਾ ਨਾਮ। ਕਿੰਨੇ ਬੰਦੇ ਜਿਹੜੇ ਇੱਥੇ ਲੇਬਰ 'ਚ ਕੰਮ ਕਰਦੇ ਸੀ? ਇੱਥੇ ਸਾਰੇ, ਇੱਕ ਜਗਸੀਰ ਸਿੰਘ ਵੀ ਲੇਬਰ ਦਾ ਕੰਮ, ਕਰਨ ਠਾਕਰ ਵੀ ਲੇਬਰ ਦਾ ਹੀ ਸੀ, ਉਹ ਚੱਲ ਟੈਂਕੀ ਕਿਉਂਕਿ ਜੋ ਵੀ ਕੰਮ ਕਰਨ ਵਾਸਤੇ ਕੱਢੇ ਹੋਣੇ। ਕਿੰਨੇ ਜਣੇ ਦੀ ਮੌਤ ਗ੍ਰਾਂਟ ਲੱਗਣਾ? 2 ਜਣੇ ਦੀ ਮੌਤ। ਜ਼ਖਮੀ ਕਿੰਨੇ? ਜ਼ਖਮੀ 2 ਜਣੇ। ਇਹ ਹਾਦਸੇ ਦੇ ਮਹਿਕਮਾ ਜ਼ਿੰਮੇਵਾਰ ਹੈ ਘਰ ਵਾਲੇ, ਅੰਦੋਲਨ ਸ਼ੁਰੂ ਕਰਾਂਗੇ, ਸਰਕਾਰ ਰੋਕਣਗੇ, ਸਰਕਾਰ ਨੇ ਇਸ ਨੂੰ ਨਜ਼ਰ ਕਰਨਾ ਜਿੰਨੇ ਚਿਰ ਸਾਨੂੰ ਕਾਰਵਾਈ ਨਹੀਂ ਕਰਦੀ। ਇਸ ਕੰਟਰੋਲ ਦੇ ਵਿੱਚ ਕੁਲਵਿੰਦਰ ਸਿੰਘ ਅਤੇ ਕਰਨ ਠਾਕਰ ਦੀ ਮੌਤ ਹੋ ਜਾਣ ਬਾਰੇ ਪਤਾ ਲੱਗਾ ਹੈ, ਅਤੇ ਸਿਮਰਜੀਤ ਸਿੰਘ ਅਤੇ ਜਗਸ਼ੀਰ ਸਿੰਘ ਕਰੰਟ ਲੱਗਣ ਨੂੰ ਕਾਰਨ ਲੱਗ ਗਈ। ਇਹ ਜਿਹੜੇ ਕੁਲਵਿੰਦਰ ਸਿੰਘ ਜਿਹੜਾ ਇਹ ਪਲੰਬਰ ਮਿਸਤਰੀ ਸੀ, ਇਹ ਸਿਮਰਜੀਤ ਸਿੰਘ ਜਿਹੜਾ ਕਿ ਜ਼ਖਮੀ ਨਾਲ ਜਿਸਨੂੰ ਕਿ ਜਿਹਨੂੰ ਵੀ ਬਿਜਲੀ ਲੱਗੀ ਉਹਦੇ ਘਰ ਦੇ ਵਿੱਚ ਟੈਂਕੀ ਬਣਾ ਰਿਹਾ ਸੀ, ਜਿਹਦੇ ਬਾਰੇ ਵਿੱਚ ਅਗਲੀ ਕਾਰਵਾਈ ਹੋ ਰਹੀ ਹੈ। ਕੋਟਕਪੂਰਾ ਤੋਂ ਕੈਮਰਾਮੈਨ ਦੀਪੂ ਦੇ ਨਾਲ ਗੁਰਪ੍ਰੀਤ ਸਿੰਘ ਔਲਖ ਦੀ ਰਿਪੋਰਟ, ਪੈਰੇਦਾ TV।